ਬਹੁਤ ਖੁਸ਼ੀ ਦੀ ਗੱਲ ਹੈ ਜੀ, ਅੱਜ ਸਾਰਾ ਪਰਿਵਾਰ ਸਾਡਾ ਵਾਰਡ ਨੰਬਰ 58 ਤੇ 59 ਦਾ ਇੱਥੇ ਸ਼ਾਮਲ ਹੋਏ। ਅਸੀਂ ਉਹਨਾਂ ਦਾ ਅੱਜ ਇੱਥੇ ਸਵਾਗਤ ਕੀਤਾ ਅਤੇ ਨਾਲ ਸਾਡੇ MLA ਗੁਰਪ੍ਰੀਤ ਗੋਗੀ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੀ ਸੰਗਤ ਇੱਥੇ ਨਾਲ ਸੀ, ਜਿਨ੍ਹਾਂ ਨੇ ਇੱਥੇ ਆਮ ਆਦਮੀ ਪਾਰਟੀ ਦੇ MLA ਹੋਣ ਦੇ ਨਾਤੇ ਕੰਮ ਕੀਤਾ। ਅਤੇ ਅੱਜ ਸਾਨੂੰ ਬੜੀ ਖੁਸ਼ੀ ਹੈਗੀ ਹੈ ਕਿ ਉਹ ਇੱਥੇ ਆ ਕੇ ਉਹਨਾਂ ਨੇ ਇੱਥੇ ਦੇ ਲੋਕਾਂ ਦਾ ਰੁਝਾਨ ਦੇਖਿਆ ਅਤੇ ਉਹਨਾਂ ਨੂੰ ਵੀ ਖੁਸ਼ੀ ਹੋਊਗੀ। ਅਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ 13-0 ਨਾਲ ਆਮ ਆਦਮੀ ਪਾਰਟੀ ਆਪਣੇ ਸਾਰੇ MP ਪਾਰਲੀਮੈਂਟ ਦੇ ਵਿੱਚ ਭੇਜੂਗੀ। ਇੱਕ ਤਾਂ ਲਾਸਟ ਸਵਾਲ ਹੈ, ਜਦੋਂ ਤੁਸੀਂ ਗੋਗੀ ਦੇ ਟਾਈਮ ਵੀ ਇਸੇ ਜਗ੍ਹਾ ਤੇ ਪ੍ਰੋਗਰਾਮ ਕੀਤਾ ਸੀ, ਜਿੱਤ ਪ੍ਰਾਪਤ ਹੋਈ ਸੀ, ਅੱਜ ਪੱਪੀ ਜੀ ਦਾ ਵੀ ਤੁਸੀਂ ਇਸੇ ਜਗ੍ਹਾ ਤੇ ਪ੍ਰੋਗਰਾਮ ਕੀਤਾ, ਪਟਾਕਿਆਂ ਨਾਲ ਸਵਾਗਤ ਕੀਤਾ, ਇਹ ਪਿਆਰ ਹੈ ਲੋਕਾਂ ਦਾ? ਪਟਾਕਿਆਂ ਨਾਲ ਥੋੜੀ ਜਿਹੀ ਮਿਸਮੈਨੇਜਮੈਂਟ ਤਾਂ ਹੋ ਗਈ ਸੀਗੀ ਤੇ ਉਹ ਅਸੀਂ ਮੰਨਦੇ ਆ ਵੀ ਥੋੜੀ, ਅਸੀਂ ਚਾਹੁੰਦੇ ਸੀ ਐਂਟਰੀ ਉਧਰੋਂ ਹੋਵੇ ਤੇ ਐਂਟਰੀ ਬੈਕ ਸਾਈਡ ਤੋਂ ਹੋਈ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਸੀ, ਦਿਲੋਂ ਪਿਆਰ ਸੀ ਸਾਰੀ ਸੰਗਤ ਦਾ ਤੇ ਜੋ ਅਸੀਂ ਜਹਾਰ ਕਰਨਾ ਚਾਹੁੰਦੇ ਸੀਗੇ ਪਟਾਕਿਆਂ ਦੇ ਰਾਹੀਂ ਉਹਨਾਂ ਦਾ ਸਵਾਗਤ ਕਰਨਾ ਚਾਹੁੰਦੇ ਸੀਗੇ ਤੇ ਅੱਜ ਦੀ ਡੇਟ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਪਿੱਛੇ ਹੋ ਗਿਆ ਵੀ ਪਟਾਕੇ ਉਹ ਪਹਿਲਾਂ ਪਹੁੰਚ ਗਏ, ਪਟਾਕੇ ਬਾਅਦ 'ਚ ਚੱਲੇ ਲੱਗਦਾ ਭਗਵੰਤ ਮਾਨ ਸਾਹਿਬ ਨੇ। ਇਹ ਜਗ੍ਹਾ ਲੱਕੀ ਹੋਣ ਕਰਕੇ ਹੀ ਅਸੀਂ ਇਹ ਜਗ੍ਹਾ ਦੁਬਾਰਾ ਚੂਜ਼ ਕੀਤੀ ਹੈ। ਲੱਗਦਾ ਵੀ ਇਹ ਜਗ੍ਹਾ ਤੁਹਾਡੀ ਲੱਕੀ ਹੈ, ਹਾਂਜੀ, ਪ੍ਰਾਪਤ ਕਰਕੇ ਜਾਂਦਾ ਤੇ ਬਿਲਕੁਲ ਇਸੇ ਕਰਕੇ ਅਸੀਂ ਇੱਥੇ ਜਗ੍ਹਾ ਰੱਖੀ ਤੇ ਸਾਰਿਆਂ ਦਾ ਹੁੰਗਾਰਾ ਵੀ ਬਹੁਤ ਅੱਛਾ, ਪਬਲਿਕ ਦਾ ਰਿਸਪੌਂਸ ਬਹੁਤ ਗੁੱਡ ਹੈਗਾ ਵਾ ਤੇ ਆਉਣ ਵਾਲੇ ਟਾਈਮ ਦੇ ਵਿੱਚ 1 ਜੂਨ ਨੂੰ ਰਿਜ਼ਲਟ ਦੱਸਣਗੇ 4 ਤਰੀਕ ਨੂੰ ਕਿ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਦੀ ਜਿੱਤ ਪ੍ਰਾਪਤ ਹੋਈ। ਬਿਲਕੁਲ ਜੀ, ਬਿਲਕੁਲ, ਇੱਥੋਂ ਦੇ ਇਲਾਕੇ ਦਾ ਸਾਰਿਆਂ ਦਾ ਪਿਆਰ ਹਮੇਸ਼ਾ ਤੋਂ ਗੋਗੀ ਜੀ ਦੇ ਨਾਲ ਰਿਹਾ, ਆਸ਼ੀਰਵਾਦ ਰਿਹਾ। ਪੱਪੀ ਜੀ ਦਾ ਵੀ ਸ਼ੋਰ ਹੈ ਜੀ, ਇਸ ਟਾਈਮ ਉਹ ਲੱਖਾਂ ਦੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ, ਸਾਡੇ ਵੱਲੋਂ ਦੁਆਵਾਂ ਵੀ ਆ, ਆਸ਼ੀਰਵਾਦ ਵੀ ਆ ਸਾਰੇ ਇਲਾਕੇ ਦਾ ਤੇ ਬਾਕੀ ਦੇਖੋ ਜੀ ਸਭ ਨਾਲੋਂ ਵੱਡੀ ਲੀਡ ਤੋਂ ਵੈਸਟ ਚੱਲ ਕੇ ਤੋਂ ਅਸੀਂ ਆਪਣਾ ਵਾਰਡ ਜਿਤਾ ਕੇ ਭੇਜਾਂਗੇ, ਵਾਰਡ ਨੰਬਰ 59 ਬੜੇਹਾਲ ਤੋਂ। ਉਹ ਤੁਸੀਂ ਦੇਖ ਹੀ ਸਕਦੇ ਹੋ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਲੋਕਾਂ ਕਹਿੰਗੇ 13-0 ਦੇ ਨਾਲ ਜਿਹੜਾ ਨਤੀਜਾ ਜੋ ਲੱਗਦਾ ਹੈ। ਬਿਲਕੁਲ ਬਿਲਕੁਲ ਜੀ, ਜਿੰਨਾ ਲੋਕਾਂ ਦਾ ਪਿਆਰ ਮਿਲ ਰਿਹਾ ਤੁਸੀਂ ਪੰਜਾਬ ਦੀ ਸਾਰੀ ਸੀਟਾਂ ਤੇ ਦੇਖ ਸਕਦੇ ਹੋ, ਆਮ ਆਦਮੀ ਪਾਰਟੀ 13-0 ਦੀ ਲੀਡ ਦੇ ਨਾਲ ਇਤਿਹਾਸ ਰਚਨ ਜਾਰੀ ਹੈ, ਪਹੁੰਚਣ ਦੇ ਪੰਜਾਬ ਬਣੂਗਾ ਹੀਰੋ ਇਸ ਵਾਰ 13-0 ਸਾਡੇ। ਓਕੇ ਜੀ ਵਾਹ, ਖਤਮ ਹੋ ਗਿਆ ਬੋਲੀ। ਕੀ ਨਾਮ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਕਾਫੀ ਜਿਹੜਾ ਪ੍ਰਵਾਹ ਹੁੰਗਾਰਾ ਦੇਖਣ ਨੂੰ ਮਿਲਿਆ ਜੀ। ਦੇਖੋ ਜੀ, ਅੱਜ ਦਾ ਜਿਹੜਾ ਇਕੱਠ ਹੋਇਆ ਵਾ ਇਹ ਕਰਨ ਭੱਲਾ ਜੀ, ਗੋਗੀ ਜੀ, ਸਾਡੇ MLA ਸਾਹਿਬ, ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਨ ਭੱਲਾ ਜੀ ਵੱਲੋਂ ਜੋ ਇਕੱਠ ਕੀਤਾ ਗਿਆ, ਸਾਰੇ ਵਲੰਟੀਅਰਸ ਨਾਲ, ਸਾਰੇ ਵਾਰਡ ਵਾਸੀਆਂ ਨਾਲ, ਸਾਰਾ ਹਲਕਾ ਨਿਵਾਸੀਆਂ ਨਾਲ ਮਿਲ ਕੇ ਬਹੁਤ ਹੀ ਭਰਵਾਂ ਇਕੱਠ ਸੀ, ਜਿਵੇਂ ਤੁਸੀਂ ਦੇਖਿਆ ਬੜਾ ਵਧੀਆ ਪੋਜ਼ਿਟਿਵ ਰਿਸਪੌਂਸ ਰਿਹਾ ਸਾਰੇ ਲੋਕਾਂ ਦਾ ਜੀ। ਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਹਾ 13-0 ਦੇ ਵਿੱਚ ਜਿਹੜਾ ਜਿਤਾਇਆ ਜੂਗਾ ਲੱਗਦਾ? ਦੇਖੋ ਜੀ, 13-0 ਤਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਵਾ ਤੇ ਉਹਦੇ ਨਾਮ, ਮਾਨ ਸਾਹਿਬ ਦੇ ਨਾਮ ਨੂੰ ਲੋਕ ਪਸੰਦ ਕਰਦੇ ਆ, ਉਹਨਾਂ ਦੇ ਨਾਮ ਨੂੰ ਵੋਟਾਂ ਪੈਣੀਆਂ। ਤੁਸੀਂ ਵੀ ਅੰਡਰਕਰੰਟ ਜਿਹੜਾ ਦੇਖ ਰਹੇ ਹੋ ਮਾਨ ਸਾਹਿਬ ਦੇ ਹੱਕ ਦੇ ਵਿੱਚ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕਰੰਟ ਪੂਰਾ ਜ਼ੋਰਾਂ 'ਤੇ ਆ, 13-0 ਵਾਲੀ ਗੱਲ ਤਾਂ ਹੋ ਜਾਣੀ ਹੈ ਜੀ। ਜੇ ਸਾਡਾ ਹਲਕਾ ਵੈਸਟ ਦੇ ਵਿੱਚ ਬਹੁਤ ਹੀ ਭਰਵੀਂ ਮੀਟਿੰਗ ਸਾਡੇ ਸਨੀ ਮਾਸਟਰ ਜੀ ਵੱਲੋਂ ਅਤੇ ਕਰਨ ਭੱਲਾ ਜੀ ਵੱਲੋਂ ਬਾੜੇਵਾਲ ਸੂਆ ਰੋਡ ਵਿਖੇ ਕੀਤੀ ਗਈ ਆ। ਜਿਹੜੀ ਇਹ ਮੀਟਿੰਗ ਸੀ, ਇੱਕ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਆ। ਜੋ ਲੁਧਿਆਣੇ ਦੀ ਆਵਾਜ਼ ਆ ਉਹ ਜਗ ਜਾਹਰ ਹੋ ਰਹੀ ਆ। ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਇਲੈਕਸ਼ਨ ਟਾਈਮ ਚੱਲ ਰਿਹਾ, ਸਾਡੇ ਹਲਕਾ ਵੈਸਟ ਔਰ ਪੂਰੇ ਲੁਧਿਆਣੇ ਦੇ ਵਿੱਚ ਜਿਹੜੀਆਂ ਮੀਟਿੰਗਾਂ ਨੂੰ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਵਾ। ਲੋਕਾਂ ਨੇ ਇੱਕ ਤਰਫਾ ਫੈਸਲਾ ਕਰ ਦਿੱਤਾ, ਮਿਤੀ 4 ਜੂਨ ਨੂੰ ਸਾਡੀ ਜਿੱਤ ਪੱਕੀ ਆ, ਆਮ ਆਦਮੀ ਪਾਰਟੀ ਜਿੰਦਾਬਾਦ। ਕਾਫੀ ਜਿਹੜਾ ਪਿਆਰ ਦੇਖਣ ਨੂੰ ਮਿਲ ਰਿਹਾ, ਕੀ ਕਹਿਣਾ ਯਾਰ? ਇਹ ਮੇਰਾ ਆਪਣਾ ਪਰਿਵਾਰ ਆ, ਠੀਕ ਆ, ਇਹ ਵੋਟਰ ਨਹੀਂ ਹੈਗੇ, ਮੇਰਾ ਟੱਬਰ ਆ, ਮੇਰੇ ਭੈਣ ਭਰਾ, ਮੇਰੇ ਭੂਆ ਭਤੀਜੇ, ਸਾਰਾ ਮੇਰੇ ਮਾਮੇ ਤਾਏ ਚਾਚੀਆਂ ਸਾਰੀਆਂ ਵੈਸਟ 'ਚ ਨੇ। ਇਹ ਸਾਰਾ ਮੇਰਾ ਹਲਕਾ ਵੈਸਟ ਆ, ਜਿਹੜਾ ਇਹ ਦੀ ਬੈਸਟ ਮੇਰੇ ਹਲਕੇ ਨੇ ਨਾਲ ਲੱਗ ਕੇ ਬਣਾਇਆ, ਤਾਂ ਹੀ 150 ਕਰੋੜ ਦੇ ਕੰਮ ਆਪਾਂ 2 ਸਾਲ 'ਚ ਕਰਾਏ ਨੇ। ਅਤੇ ਤੁਸੀਂ ਦੇਖਦਾ ਠਾਠਾ ਮਾਰਦੀਆਂ ਜਿਹੜੀਆਂ ਸਾਡੇ ਇਲਾਕੇ ਦੀਆਂ ਮੀਟਿੰਗਾਂ ਨੇ ਸੁਪਰ ਜਾ ਰਹੀਆਂ ਨੇ, ਇਸ ਲਈ ਜਾ ਰਹੀਆਂ ਨੇ ਕਿਉਂਕਿ ਲੋਕ ਸਾਡੇ ਦਿਲੋਂ ਪੱਪਾ ਭਾਰ ਹੋਏ ਬੈਠੇ, 1 ਜੂਨ ਦੀ ਵੇਟ ਕਰਦੇ ਆ ਵੀ ਆਵੇ 1 ਜੂਨ, ਅਤੇ ਅਸੀਂ ਵੋਟਾਂ ਪੱਪੀ ਭਾਈ ਨੂੰ ਪਾ ਕੇ ਇਹਨਾਂ ਨੂੰ ਸੰਸਦ 'ਚ ਭੇਜੀ। ਜੀ, ਗੁਰਦਾਸਪੁਰ ਦੇ ਜਿਹੜੇ ਪੂਰਵ ਅਕਾਲੀ ਨੇਤਾ ਬਲਵੀਰ ਸਿੰਘ ਹੋਣੀ, ਬਲਵੀਰ ਸਿੰਘ ਬਿੱਟੂ, ਉਹ ਅੱਜ ਮੁੱਖ ਮੰਤਰੀ ਸਾਹਮਣੇ ਆਮ ਆਦਮੀ ਪਾਰਟੀ ਨਾਲ ਸਾਡੀਆਂ ਨੀਤੀਆਂ ਦੇ ਨਾਲ ਜਿਹੜੇ ਵੀ ਵਧੀਆ ਲੋਕ ਨੇ ਆਪਣੇ ਆਪ ਜੁੜਦੇ ਜਾ ਰਹੇ ਨੇ ਕਿਸੇ ਵੀ ਪਾਰਟੀ ਤੋਂ, ਜਿਹੜੇ ਵਧੀਆ ਲੋਕ ਨੇ ਉਹ ਬਾਕੀ ਦੂਜੀਆਂ ਪਾਰਟੀਆਂ ਤੋਂ ਤੰਗ ਹੋ ਚੁੱਕੇ ਨੇ, ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ ਉਹਨੂੰ ਪਸੰਦ ਕਰਦੇ ਹੋਏ ਸਾਰੇ ਜੁਆਇਨ ਕਰ ਲੈਂਦੇ। ਕਿਉਂਕਿ ਅੰਕਲ ਜੀ ਇੱਕ ਮਿੰਟ, ਤੁਹਾਡੇ ਕੰਮ ਹੋਏ ਨੇ ਹਲਕੇ ਦੇ ਵਿੱਚ, ਸਕਰੀਨ ਤੇ ਦੱਸ ਰਹੇ ਵੀ ਇਹਦੇ ਬਾਕੀ, ਆਹ ਦੇਖੋ ਮੇਰਾ ਰਿਪੋਰਟ ਕਾਰਡ ਚੱਲਦਾ ਪਿਆ, ਤੇ ਬਾਕੀ ਪਹਿਲਾਂ ਸਰਕਾਰਾਂ ਇਹਨੇ ਕਿਉਂ ਨਹੀਂ ਦਿਖਾ ਰਹੀਆਂ ਸੀ? ਹੈ ਪਹਿਲੀਆਂ ਸਰਕਾਰਾਂ ਵੀ ਰਹੀਆਂ ਸੀ ਸਮੇਂ ਪਹਿਲਾਂ, ਫਿਰ ਉਹਨਾਂ ਨੂੰ ਪੁੱਛ ਲਓ ਆਪਣੇ ਘਰਾਂ 'ਚ ਹੀ ਭਰੀ ਗਏ ਨੇ, ਅਸੀਂ ਤਾਂ ਲੋਕਾਂ ਲਈ ਕੰਮ ਕਰ ਰਹੇ ਹਾਂ, ਜੇ ਕੀਤਾ ਉਹ ਤਾਂ ਦਿਖਾਣਗੇ ਕੁਛ। ਪਿਆਰ ਆ ਸਾਡੇ ਕੰਮਾਂ ਦੇ, ਜੋ ਅਸੀਂ ਕੰਮ ਕੀਤੇ ਆ 2 ਸਾਲ 'ਚ, ਉਹਦੇ ਆਧਾਰ 'ਤੇ ਵੋਟ ਮੰਗਦੇ ਫਿਰਦੇ ਆ। ਇਹਨਾਂ ਲੋਕਾਂ ਦਾ ਰਾਣੀ ਵੀ ਉੱਥੋਂ ਆਪਣੇ ਆ ਕੇ ਗਿੱਦੜਬਾਏ ਤੋਂ ਇੱਥੇ ਵੋਟਾਂ ਮੰਗੀਏ, ਜਾਂ ਭਾਜਪਾ 'ਚ ਕਾਂਗਰਸ 'ਚ ਛੱਡ ਕੇ ਭਾਜਪਾ 'ਚ ਵੋਟਾਂ ਮੰਗਦੇ ਫਿਰੀਏ,
ਅਸੀਂ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗਦੇ ਹਾਂ। ਗੱਲ ਕਰੀਏ ਗੁਰਦਾਸਪੁਰ ਦੇ ਪੂਰਵ ਅਕਾਲੀ ਨੇਤਾ ਬਲਵੀਰ ਸਿੰਘ ਬਿੱਟੂ ਹੋਣੀ ਅੱਜ ਮੁੱਖ ਮੰਤਰੀ ਸਾਹਮਣੇ ਆਮ ਆਦਮੀ ਪਾਰਟੀ ਦਾ ਪਲੜਾ ਪਾਇਆ, ਕੀ ਕਹਿਣਾ ਚਾਹੋਗੇ ਤਿੰਨ ਦਿਨਾਂ ਬਾਅਦ? ਇਹ ਦੇਖੀ ਚੱਲਿਓ ਹੌਲੀ ਹੌਲੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕਾਂ ਨੇ ਸਾਰਿਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਹੀ ਆਉਣਾ ਵਾ। ਇਹਨਾਂ ਨੇ 84 'ਚ ਲੋਕਾਂ ਨੂੰ ਦੁੱਖ ਦਿੱਤੇ ਆ, ਇਹਨਾਂ ਦੇ ਪੰਜੇ ਨੇ, ਇਸ ਕਰਕੇ ਉਹ ਬਾਬੇ ਨਾਨਕ ਦੇ ਨਾ ਪੰਜੇ ਨਾ ਪੰਜਾ ਨਹੀਂ ਮਿਲ ਸਕਦਾ। ਆ ਜਿਹੜਾ ਭਾਜਪਾ ਵਾਲਾ ਵਾ ਉਹ ਕਹਿੰਦਾ ਮੈਨੂੰ ਪਾਗੀ ਰਾਹੁਲ ਗਾਂਧੀ ਨੇ ਦਿੱਤੀ ਹੈ। ਦੇਖੋ ਇਹਨਾਂ ਨੇ ਸਿੱਖਾਂ ਸਰਦਾਰਾਂ ਦੇ ਘਰ ਜਨਮ ਲਿਆ ਅਤੇ ਪੱਗ ਕਹਿ ਰਿਹਾ ਮੈਨੂੰ ਰਾਹੁਲ ਗਾਂਧੀ ਨੇ ਦਿੱਤੀ ਹੈ ਬੰਨਣ ਲਈ। ਪੱਪੀ ਸਾਹਿਬ ਗੱਲ ਕਰੀਏ ਘਰੀਆਂ ਮਿੱਤਲ ਵੱਲੋਂ ਜਿਹੜੀ ਬਿਆਨਬਾਜ਼ੀ ਸਟੇਜ ਉੱਤੇ ਕੀਤੀ, ਉੱਥੇ ਰਾਜਵੜੀ ਵੀ ਮੌਜੂਦ ਸੀਗੇ ਅਤੇ ਰਣਜੀਤ ਸਿੰਘ ਬਿੱਟੂ ਵੀ ਮੌਜੂਦ ਸੀਗੇ। ਦੇਖੋ ਇਹ ਵੋਟਾਂ ਲਈ, ਵੋਟਾਂ ਲਈ ਰਾਜਾ ਵੜਿੰਗ ਹੋਵੇ ਚਾਹੇ ਬਿੱਟੂ ਹੋਵੇ, ਵੋਟਾਂ ਲਈ ਇਹ ਕੁਛ ਵੀ ਕਰ ਸਕਦੇ ਆ। ਧਰਮ ਨੂੰ ਕਦੇ ਵੋਟਾਂ ਨਾਲ ਨਹੀਂ ਜੋੜਨਾ ਚਾਹੀਦਾ। ਸਾਡੀ ਪਾਰਟੀ ਆ, ਅਸੀਂ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗਦੇ ਹਾਂ। ਆਹ ਗੋਗੀ ਖੜ੍ਹਾ ਭਿੰਡਰ ਸਾਹਿਬ ਖੜ੍ਹਿਆ, ਇਹ ਅਸੀਂ ਵੀ, ਮੈਂ ਵੀ ਆਪਣੇ ਲੋਕ ਸਭਾ ਦੇ ਵਿੱਚ ਮੈਂ ਦੱਸਦਾ ਲੋਕਾਂ ਨੂੰ ਵੀ ਜੋ ਮੈਂ ਹਲਕਾ ਸੈਂਟਰ 'ਚ 2 ਸਾਲਾਂ 'ਚ ਕੀਤਾ ਉੱਥੇ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗਦੇ ਹਾਂ। ਇਹਨਾਂ ਤਰ੍ਹਾਂ ਨਹੀਂ ਵੀ ਧਰਮ ਨੂੰ ਕਦੇ ਬਾਬੇ ਨਾਨਕ ਦੇ ਪੰਜੇ ਨੂੰ ਕਾਂਗਰਸ ਜੋੜ ਰਹੀ ਆ, ਕਦੇ ਉਹ ਕਹਿ ਰਿਹਾ ਰਾਹੁਲ ਗਾਂਧੀ ਤੋਂ ਮੈਂ ਪੱਗ ਲੈ ਕੇ ਆਇਆ। ਇਹਨਾਂ ਲੋਕਾਂ ਨੂੰ ਧਰਮ ਦੇ ਵਿੱਚੋਂ ਹੀ ਸਿਆਸਤ ਲੱਭਦੀ ਹੈ। ਦੇਖੋ ਇਹ ਮਾਹੌਲ ਖਰਾਬ ਕਰਨ ਵਾਲੀ ਚਾਹੇ ਕਾਂਗਰਸ ਆ ਚਾਹੇ ਭਾਜਪਾ ਵਾ, ਇਹਨਾਂ ਲੋਕਾਂ ਨੇ ਚੰਗਾ ਭਲਾ ਪੰਜਾਬ ਵੱਸਦਾ ਵਾ, ਇਹਨਾਂ ਨੇ ਹੁਣ ਪੰਜਾਬ ਦੇ ਮਾਹੌਲ ਨੂੰ ਹੋਰ ਪਾਸੇ ਤੋੜਨਾ। ਇਹਨਾਂ ਨੂੰ ਵੋਟਾਂ ਨਾਲ ਮਤਲਬ ਆ, ਇਹਨਾਂ ਨੂੰ ਪੰਜਾਬ ਦੀ ਤਰੱਕੀ ਨਾਲ ਕੋਈ ਮਤਲਬ। ਇਹਦਾ ਪਿਆਰ ਬੀਜਿਆ ਹੋਇਆ, ਇਹ ਕੰਮ ਕਰਦਾ ਵਾ। ਦੇਖੋ ਜਿਹੜਾ ਬੰਦਾ ਆ ਰਿਪੋਰਟ ਕਾਰਡ ਦਿਖਾ ਕੇ, ਕਿਹੜਾ ਬੰਦਾ, ਕਿਹੜਾ MLA ਆ ਜਿਹੜਾ ਰਿਪੋਰਟ ਕਾਰਡ ਦਿਖਾ ਕੇ ਅੱਜ ਤੱਕ ਆਪਣੇ ਹਲਕੇ ਦੇ ਕੰਮ ਕੀਤੇ ਹੋਏ ਦਿਖਾ ਰਿਹਾ? ਇਸ ਕਰਕੇ ਲੋਕ ਪਿਆਰ ਕਰਦੇ ਹਨ।